ਛਤਚਰੀ ਕਾਲਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਭਵਾਂਤਮਨ ਆਪਣੇ ਸੀਐਮ ਬਣੇ ਨੇ ਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਜੀ ਤੇ ਨੰਬਰ 2 ਤੇ ਗੱਲ ਇਹਨਾਂ ਨੇ ਆਉਂਦੀ ਸਾਲ ਹੀ ਬਹੁਤ ਮਤਲਬ ਕਿ ਬਦਲਾਅ ਕਰਨੇ ਸਟਾਰਟ ਕਰ ਦਿੱਤੇ ਨੇ ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਇਹਨਾਂ ਨੇ ਐਲਾਨ ਕੀਤਾ ਚੀਜ਼ ਪੈਨਸ਼ਨ ਯੋਜਨਾ ਦਾ ਜਿਹਦੇ ਵਿੱਚ 1500 ਤੋਂ ਵਧਾ ਕੇ 2500 ਕਰਨ ਦਾ ਐਲਾਨ ਕੀਤਾ ਹੋਇਆ ਜੀ ਤੇ ਬਾਕੀ ਬਿਜਲੀ ਠੀਕ ਹੈ ਜੀ 300 ਜੂਲਟ ਮੰਗੂ ਮਾਫ ਕੀਤੀ ਹੈ ਜਿਨ੍ਹਾਂ ਨੇ 200 ਜੂਲਟ ਤੋਂ ਤੇ ਇਸੇ ਤਰ੍ਹਾਂ ਦਾ ਇੱਕ ਹੋਰ ਅਪਡੇਟ ਹੁਣ ਇਹਨਾਂ ਨੇ ਜੀ 25 ਹਜ਼ਾਰ ਨੌਕਰੀਆਂ ਜੀ ਨੌਜਵਾਨਾਂ ਵਾਸਤੇ 25 ਹਜ਼ਾਰ ਨੌਕਰੀਆਂ ਦਾ ਤੋਹਫਾ ਦਿੱਤਾ ਜਿਨ੍ਹਾਂ ਨੇ ਤੇ ਕਦੋਂ ਰਿਕੁਆਇਰਮੈਂਟ ਆ ਸਕਦੀ ਹੈ ਜੀ ਸਾਰੀ ਡਿਟੇਲ ਦੇਵਾਂਗੇ ਉਸ ਤੋਂ ਪਹਿਲਾਂ ਇੱਕ ਗੁਜਾਰਸ਼ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰਿਆਣੇ ਹਾਲ ਤੱਕ ਸਬਸਕ੍ਰਾਈਬ ਨਹੀਂ ਕਰੇ ਜੀ ਚਲੋ ਆਪਾਂ ਚੱਲਦੇ ਹਾਂ ਜੀ ਮੇਨ ਅਪਡੇਟ ਦੇ ਉੱਤੇ ਅੱਜ ਜੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਜੀ ਜਿਹਦੇ ਵਿੱਚ ਇਹਨਾਂ ਨੇ ਡਿਸਕਸ ਕੀਤਾ ਜੀ ਅਪਰੂਵ ਅਪਰੂਵਸ ਕਰ ਦਿੱਤੇ ਨੇ ਜੀ 25000 ਗਵਰਨਮੈਂਟ ਜੌਬਸ ਇਨ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਠੀਕ ਹੈ ਜੀ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਨਿਕਲਣਗੇ ਜੀ ਇਹ ਸਾਰੀਆਂ ਜੌਬਸ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ 2-4 ਦਿਨ ਲਗਾ ਲਓ ਐਸੇ ਮੰਤ ਦੇ ਵਿੱਚ ਤੁਹਾਨੂੰ 100% ਰਿਕੁਆਇਰਮੈਂਟ ਆਉਣੀਆਂ ਸਟਾਰਟ ਹੋ ਜਾਣਗੀਆਂ ਜੀ ਤੇ ਇੱਕ ਅੰਗਣਵਾੜੀ ਰਿਕੁਆਇਰਮੈਂਟ ਆਉਣ ਵਾਲੀ ਹੈ ਜੀ ਅੰਗਣਵਾੜੀ ਵਰਕਰਾਂ ਦੀ ਪਿਛਲੀ ਵੀਡੀਓ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਤੇ ਨਵੀਆਂ ਅਪਡੇਟ ਨਿਊ ਨਿਊ ਜੌਬਸ ਆਉਣ ਵਾਲੀਆਂ ਨੇ ਜੀ ਤੁਸੀਂ ਸਾਰੀ ਡਿਟੇਲ ਇਸੇ ਚੈਨਲ ਦੇ ਪ੍ਰਾਪਤ ਕਰੋਗੇ ਤੇ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਜੀ